ਲੇਕਰ ਆਪਣੇ ਲੇਕਰ ਪੁਆਇੰਟ 2-0 ਹਾਂ ਬੇਟੇ ਰੇਟ ਡਾਲੀਏਗਾ 5 ਸੈਕਿੰਡ ਕੇ ਅੰਦਰ ਅੰਦਰ ਰੇਟ ਡਾਲਨੀ ਪੜਤੀ ਨਹੀਂ ਤੋ ਇਸਕੇ ਖਿਲਾਫ ਪੁਆਇੰਟ ਮਿਲ ਜਾਤਾ ਰੇਟ ਕੈਂਸਲ ਹੋ ਜਾਤੀ ਆ ਜਾ ਬਰਬਰਾਜ ਚਲੇਗੀ ਬਾਹਰ ਕਿਵੇਂ ਨਿਕਲਦਾ ਤਾਂ ਲੈ ਜਾਏਗੀ ਫਿਰ ਨੂੰ ਤਾਂ ਕੁਝ ਬੈਜੀ ਜਮਾ ਨੂੰ ਮਰਨਾ ਹੈ ਤੋ ਕੋ ਪਾਸ ਗਏ ਜੀ ਔਰ ਇਹ ਚਲੇ ਕਰਮੀ ਚ ਹੈ ਬੋਗਵਾ ਜਿਲਾਈਸਾ ਬੋਗਵਾ ਵਾਹ ਬੋਗਵਾ ਕੀ ਗਿਆ ਬੋਗਵਾ ਨਹੀਂ ਹੈ ਬੋਗਵਾ ਲਈ ਤਾਣੀ ਸਭ ਸੇ ਸਪੀਡ ਵਾਲੀ ਖਿਲਾੜੀ ਕਰਮੀ ਚ ਹੈ ਕਰਮੀ ਚਾਹ ਲਿਖੇ ਹੈ ਕਰਮੀ ਚਾਲ ਨਾਮ ਹੈ ਬੋਬੂਆ ਅੱਗੇ ਵੀ ਟੀਮੇ ਤਿਆਰ ਰਹੇਗੀ ਜੋ ਜ਼ਿਆਦਾ ਲੰਬਾ ਸ਼ਾਇਦ ਮੈਚ ਨਹੀਂ ਚੱਲੇਗਾ ਇਹ ਐਸਾ ਲੱਗ ਰਿਹਾ ਹੈ ਪੂਰੇਸ਼ਵਰ ਇੰਦਰਾ ਗਾਂਧੀ ਯੂਨੀਵਰਸਿਟੀ ਮੀਰਪੁਰ ਵਰਸਿਸ ਰਾਜੀਵ ਗਾਂਧੀ ਯੂਨੀਵਰਸਿਟੀ ਭੋਪਾਲ ਪੂਰੇਸ਼ਵਰ ਕੀ ਟੀਮੇ ਤਿਆਰ ਰਹੇ ਟੀਮ ਇੰਚਾਰਜ ਕੋਚ ਸਾਹਿਬਾਨ ਸਿੰਘ ਮੇਰਾ ਅਨੁਰੋਧ ਹੈ ਕਿ ਆਪ ਆਪਣੀ ਟੀਮ ਨੂੰ ਤਿਆਰ ਕੀਜੀਏ ਔਰ ਮੈਦਾਨ ਕੀ ਤਰਫ ਆਈਏ ਰਾਜੀਵ ਗਾਂਧੀ ਯੂਨੀਵਰਸਿਟੀ ਭੋਪਾਲ ਵਰਸਿਸ ਇੰਦਰਾ ਗਾਂਧੀ ਯੂਨੀਵਰਸਿਟੀ ਮੀਰਪੁਰ ਪਨੀਆਰੀ ਤਾਂ ਪਾਓਗੇ ਸੋਰੀ ਰੀਨਾ ਅੱਛੀ ਸਪੀਡ ਦੀ ਖਿਲਾੜੀ ਪਨੀਆਰੀ ਦਾ ਹੈ ਇਹ ਤਾਂ ਮਨ ਲੱਗ ਗਿਆ ਜੀਰੋ ਇੰਦਰ ਕੁਲੀ ਨੇ ਔਰ ਮੇਰੇ ਯੂਨੀਵਰਸਿਟੀ ਕੇ ਕੋਚ ਵੀ ਆਪਣੀ ਟੀਮ ਕੋ ਕੁਛ ਸੀਖ ਦੇਤੇ ਹੋ ਕਿ ਆਪ ਵੀ ਜਾਏ ਔਰ ਪੁਆਇੰਟ ਲੈ ਕੇ ਆਈਏ ਇੱਕ ਅੱਛੀ ਬੈਲੈਂਸ ਟੀਮ ਜੀਨ ਯੂਨੀਵਰਸਿਟੀ ਕੀ ਮੈਂ ਬਤਾ ਦੇਣਾ ਚਾਹੂੰਗਾ ਧਰਮਰਾਜ ਜੀ ਕੋਚ ਸਾਹਿਬ ਕੋ ਕਿ ਆਪ ਅੱਛੀ ਤਾਲੀਆਂ ਵਜਾਏਗਾ ਖਾਤਾ ਖੋਲਾ ਮੇਰੀ ਟੀਮ ਨੇ ਵੀ ਕੋਈ ਨਹੀਂ ਕੋਈ ਨਹੀਂ ਵਧਾਈ ਪੁਆਇੰਟ ਵਧਾਈ ਵਧਾਈ ਹਾਂ ਧਰਮਰਾਜ ਜੀ ਬਹੁਤ ਅੱਛੀ ਟੀਮ ਆਪ ਲੈ ਕੇ ਆਏ ਹੈ ਘੰਟਾ ਲੈ ਗਏ ਵਧਾਈ ਕੀ ਪਾਤਰ ਹੈ ਆਪੇ ਅੱਛੀ ਬੈਲੈਂਸ ਟੀਮ ਮਾਲ ਦੇਗੀ ਤੂੰ ਧਰਮਰਾਜ ਸਟੋਪ ਲਾਈਨ ਵੀ ਆਲ ਰੇਡ ਲਾਈਨ ਵੀ ਅੱਛੀ ਹੈ ਆਪਕੀ ਟੀਮ ਦੇਖ ਲੈਂਦੇ ਆ ਕੱਚਾ ਮਨੇ ਵੀਡੀਓ ਬਣਾ ਕੋਟ ਤਾੜ ਆ ਗਿਆ ਲੱਗ ਰਿਹਾ ਹੈ ਕਮਜ਼ੋਰ ਹੈ ਹਾਂ ਨਹੀਂ ਆ ਰਿਹਾ ਆਫੀਸ਼ੀਅਲ ਸ੍ਰੀ ਸੰਦੀਪ ਸਿੰਘ ਜੀ ਕਬੱਡੀ ਕੋਚ ਸੰਦੀਪ ਸਿੰਘ ਲੋਟ ਨਹੀਂ ਹੈ ਨਾ ਕਰੋੜਾਂ ਕੋ ਉੱਪਰ ਖੇਲ ਵਿਭਾਗ ਮੇ ਕਬੱਡੀ ਕੇ ਕੋਚ ਹੈ ਆਪ ਔਰ ਸ੍ਰੀ ਰਾਮਪਾਲ ਜੀ ਚੀਫ ਰੈਫਰੀ ਕਾ ਜੋ ਕੰਮ ਕਰ ਰਹੇ ਹੈ ਕਬੱਡੀ ਕੋਚ ਜੀ ਔਰ ਸ੍ਰੀ ਲੋਕਾ ਕਬੱਡੀ ਕੋਚ ਕਰਤਾ ਖੇਲ ਡਿਪਾਰਟਮੈਂਟ ਮੇ ਆਪ ਸੇਵਾਏ ਦੇ ਰਹੇ ਹੈ ਆਪਣੇ ਜ਼ਮਾਨੇ ਕੇ ਬਹੁਤ ਚੋਟੀ ਕੇ ਰਹੇ ਖਿਲਾੜੀ ਆਲ ਇੰਡੀਆ ਯੂਨੀਵਰਸਿਟੀ ਔਰ ਨੈਸ਼ਨਲ ਚੈਂਪੀਅਨਸ਼ਿਪ ਮੇ ਹਰਿਆਣਾ ਪ੍ਰਦੇਸ਼ ਕੇ ਲਈ ਸੋਨੇ ਕੇ ਪਦਕ ਜੀਤਨੇ ਕਾ ਕਾਮ ਕੀਆ ਔਰ ਅੱਛੇ ਅੱਛੇ ਖਿਲਾੜੀ ਹਰਿਆਣਾ ਪ੍ਰਦੇਸ਼ ਕੋ ਨਹੀਂ ਹਿੰਦੁਸਤਾਨ ਕਾ ਲੇ ਗਿਆ ਨੰਬਰ ਆਪਣਾ ਲੈ ਕੇ ਸੋਰੀ 47 ਬਸ ਠੀਕ ਸੇ ਬੁਡੈਨ ਗਾਉਂ ਜ਼ਿਲ੍ਹਾ ਜੀਂਦ ਵਿਕਾਸ ਕੰਦੋਲਾ ਵਿਕਾਸ ਕੰਦੋਲਾ ਬੁਡੈਨ ਕੇ ਬੁਡੈਨ ਆਪਣੇ ਨਾਮ ਸੁਣੇ ਹੋਣਗੇ ਰੇਡ ਕੇ ਕੈਚ ਕੇ ਜੋ ਪਕੜੇ ਕਬੱਡੀ ਮੇ ਜਾ ਕਰ ਖੇਲ ਕੀ ਦਿਸ਼ਾ ਬਦਲਨੇ ਕਾ ਕਾਮ ਕੀਆ ਗਾਓ ਨੇ ਜੀਂਦ ਨਹੀਂ ਬਲਕਿ ਹਰਿਆਣਾ ਪ੍ਰਦੇਸ਼ ਕੇ ਨਾਮ ਕੋ ਰੋਸ਼ਨ ਕਰਨੇ ਕਾ ਕਾਮ ਕੀਆ ਔਰ ਧਰਮਰਾਜ ਜੀ ਨੇ ਬਤਾਇਆ ਕਿ ਮੇਰੇ ਉਹ ਭਤੀਜੀ ਹੈ ਪਿਆਰ ਸੇ ਬੇਟੇ ਪਿਆਰ ਸੇ ਜੰਪ ਕਰਕੇ ਕੈਂਚੀ ਨਹੀਂ ਲਗਾਣੀ ਫਿਰ ਧਿਆਨ ਦੇ ਖਿਲਾੜੀ ਜੰਪ ਕਰਕੇ ਕੈਂਚੀ ਮਤ ਲਗਾਈਏ ਅੱਛੀ ਕੋਸ਼ਿਸ਼ ਅਗਲੀ ਟੀਮੇ ਪੁਰਸ਼ ਵਰਗ ਕੀ ਤਿਆਰ ਰਹੇਗੀ ਇੰਦਰਾ ਗਾਂਧੀ ਯੂਨੀਵਰਸਿਟੀ ਮੀਰਪੁਰ ਵਰਸਿਸ ਰਾਜੀਵ ਗਾਂਧੀ ਯੂਨੀਵਰਸਿਟੀ ਭੋਪਾਲ ਪੁਰਸ਼ ਵਰਗ ਕਾ ਅਗਲਾ ਮੈਚ ਹੋਗਾ
करते बैठा कर। और उससे अगला मैच महिला वर्ग का होगा जो कि आज के शेड्यूल का अंतिम मैच होगा, जी जे यू हिसार वर्सेस राजीव गांधी यूनिवर्सिटी भोपाल। आज के शेड्यूल का इसके बाद दो मैच हमारे पास बचे हैं। पहला मैच होगा आज के शेड्यूल का पुरुष वर्ग का, इंदिरा गांधी यूनिवर्सिटी मीरपुर वर्सेस राजीव गांधी यूनिवर्सिटी भोपाल। और अंतिम मैच जो आज की शेड्यूल का होने जा रहा है, प्यार से बेटे प्यार से, कोई ऐसी कोशिश नहीं जिससे चोट का कोई खतरा हो, बहुत आसान पकड़ के ही साथ अपनी टीम के खाते में एक और पॉइंट का इजाफा दिया। सुथली गई भाई, हवा च तीर मारी जाती है, बहुत ही बढ़िया, एक अच्छा हौसले के साथ एक जज्बे के साथ खेल रही मेट की बेटी।